डार्लिंग वालेकुम सलाम। आपके लिए इंज नहीं, वो कहें इंज गोडा ठीक ला है, के मैं पूछना सी ए तुम ऐप कहते ला लिया हो। गोडा इंज करके, ठीक है ते ऐ आप दे रहे हो। हाँ हे चलो ठीक ठीक है, मद रोटी खोल दे पोखरा हूँ बस वही पी है। मैंने कहते चाप खा के देने की नहीं, मैं इतने मैं तुम्हें देना, मैंने चाह चाह तो देना देना कुट के नहीं। ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਸਾਰੇ? ਠੀਕ, ਉਮੀਦ ਕਰਦਾ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋਗੇ। ਲੋ ਜੀ, ਈਦ ਦਾ ਦੂਸਰਾ ਦਿਨ ਨਹੀਂ, ਦੂਸਰੀ ਰਾਤ ਚੜ ਗਈ ਹੈ। ਠੀਕ ਹੈ, ਬਾਹਰ ਚੈੱਕ ਕਰੋ, ਸ਼ਾਮ ਹੋ ਗਈ ਹੈ, ਟਾਈਮ ਕੋਈ 6:30-7 ਵਜੇ ਦਾ ਹੋ ਗਿਆ। ਅੱਜ ਸੁਬਾਹ ਦਾ ਮੈਂ ਇੰਨਾ ਬਿਜ਼ੀ ਸੀ ਕਿ ਵਲੋਗ ਸਟਾਰਟ ਹੀ ਨਹੀਂ ਹੋ ਪਾਇਆ। ਅਤੇ ਮਾਂ ਜੀ ਦੇਖੋ ਤਿਆਰ ਤਿਆਰ ਹੋ ਕੇ ਬੈਠੀ, ਮਾਂ ਜੀ ਇੱਕ ਜਗ੍ਹਾ ਤੇ ਜਾਣ ਵਾਸਤੇ ਕਹਿ ਰਹੇ ਸੀ, ਬਹੁਤ ਜ਼ਿਆਦਾ ਸ਼ਿੱਦਤ ਨਾਲ ਮਾਂ ਕਹਿ ਰਹੇ ਮੈਨੂੰ ਲਾਜ਼ਮੀ ਲੈ ਕੇ ਜਾਓ। ਠੀਕ ਹੈ, ਮਾਂ ਜੀ ਨੇ ਆਪਣੀ ਇੱਕ ਕਜ਼ਨ ਨੂੰ ਮਿਲਣ ਜਾਣਾ ਸੀ, ਲੇਕਿਨ ਇੰਨਾ ਓਏ ਹੋਏ ਹੋਏ ਆ ਗਏ ਆ ਗਏ ਆ ਗਏ ਆ ਗਏ ਆ ਗਏ। ਲਓ ਜੀ, ਬਾਹਰ ਵੀ ਬੂਹੇ ਟੁੱਟਣ ਲੱਗ ਗਏ। ਇੱਕ ਤਾਂ ਅੱਜ ਸੁਬਾਹ ਦੇ ਨਾ ਬੂਹਾ ਹੀ ਬਹੁਤ ਜ਼ਿਆਦਾ ਖੜਕਦਾ ਪਿਆ ਬਾਰ ਬਾਰ, ਕਿਉਂਕਿ ਅੱਜ ਨਾ ਛੋਟੇ ਛੋਟੇ ਜਿਹੜੇ ਸਬਸਕ੍ਰਾਈਬਰ ਹੈ ਨਾ ਬਾਰ ਬਾਰ ਬਹੁਤ ਜ਼ਿਆਦਾ। ਲਓ ਜੀ, ਵਾਲੇਕੁਮ ਅਸਲਾਮ, ਈਦ ਮੁਬਾਰਕ ਜੀ, ਵਾਂਸ ਅਗੇਨ। ਲਓ ਜੀ, ਮਹਿਮਾਨ ਆ ਗਏ ਨੇ ਆਪਣੇ। ਵਾਲੇਕੁਮ ਅਸਲਾਮ, ਈਦ ਮੁਬਾਰਕ ਜੀ। ਕੱਲ੍ਹ ਇਹ ਜਿਹੜੇ ਮਹਿਮਾਨਾਂ ਨੂੰ ਜਿਹੜਾ ਨਾ ਇਸ ਭਾਈ ਨੂੰ ਮੈਂ ਈਦ ਮਿਲਿਆ ਸੀ, ਅਤੇ ਫਿਰ ਮੈਂ ਕਿਹਾ ਸੀ ਨਾ ਕਿ ਮੈਂ ਈਦੀ ਉਦੀ ਦੇ ਦਿੱਤੀ ਹੈ ਇਹ ਸ਼ੇਖ ਸਾਹਿਬ, ਸਮਾਈਲੀ ਸ਼ੇਖ ਸਾਹਿਬ। ਠੀਕ ਹੈ, ਨਹੀਂ, ਹੁਣ ਵੀਡੀਓ ਨਹੀਂ ਬਣੀ, ਹੁਣ ਵੀਡੀਓ ਨਹੀਂ ਬਣੀ, ਨਹੀਂ, ਵੀਡੀਓ ਨਹੀਂ ਬਣੀ ਤਾਂ ਵੇਖੋ ਹੁਣ ਵਾਪਸ ਨਿਕਲੀ ਜਾਂਦੀ। ਮੈਂ ਜਿਹੜਾ ਨਾ ਇੱਕ ਇੱਕ ਵੀਡੀਓ ਵੇਖ ਰਿਹਾ ਸੀ, ਕਹਿੰਦੇ ਸੀ ਜਿਹੜੇ ਵਲੋਗਰ ਨੇ ਨਾ ਤਾਂ ਈਦ ਨਮਾਜ਼ ਪੜ੍ਹਦੇ ਨੇ, ਅਤੇ ਨਾ ਜਿਹੜਾ ਹੈ ਨਾ ਉਹ ਕਰਦੇ ਨੇ ਕਿਸੇ ਨੂੰ ਈਦੀ ਦਿੰਦੇ ਨੇ, ਮਤਲਬ ਸਾਰਾ ਰਿਕਾਰਡਿੰਗ ਦਾ ਉਹਦਾ। ਅਤੇ ਮੇਰੇ ਕੋਲ ਉਹੀ ਗਲਤੀ ਹੋ ਗਈ ਨਾ, ਮੇਰੇ ਕੋਲ ਈਦ ਦਾ ਜਿਹੜਾ ਨਾ ਈਦ ਨਮਾਜ਼ ਪੜ੍ਹਦੇ ਆ ਉੱਥੇ ਵੀਡੀਓ ਬਣੀ, ਅਤੇ ਨਾ ਜਿਹੜਾ ਨਾ ਮੇਰੇ ਕੋਲ ਈਦੀ ਦੇਣ ਲੱਗਿਆ ਵੀਡੀਓ ਬਣੀ, ਤਾਂ ਹੁਣ ਕਿਸੇ ਨੇ ਨਹੀਂ ਮੰਨਣਾ ਕੈਮਰੇ ਤੇ ਨਹੀਂ ਦਿੱਤੀ। ਬਸ ਚਲੋ, ਖੈਰ ਨਹੀਂ ਦਿੱਤੀ, ਮੈਂ ਮੰਨ ਲਿਆ, ਨਹੀਂ ਦਿੱਤੀ। ਠੀਕ ਹੈ, ਜੇਬਾਂ ਮੇਰੀਆਂ ਵਿਹਲੀਆਂ ਹੋ ਗਿਆ, ਸਾਰੇ ਦੇ ਸਾਰੇ ਪੈਸੇ ਮੁੱਕ ਗਏ, ਸੈਲਰੀ ਜਿਹੜੀ ਨਾ ਮੇਰੀ ਚੰਦ ਰਾਤ ਤੋਂ ਪਹਿਲੇ ਪਹਿਲੇ ਵੰਡੀ ਗਈ ਸਾਰੀ। ਮੇਰੇ ਸੱਚ ਕੱਪੜੇ ਪਿੰਡ ਪਏ ਸੀ ਕਿ ਮੈਂ ਕੱਪੜੇ ਪਿੰਡ ਮੰਗਵਾਏ ਸੀ, ਕੱਪੜੇ ਮੇਰੇ ਆ ਗਏ ਨੇ ਨਿਊ ਅਰੂਸਾ ਫੈਬਰਿਕਸ। ਚਲੋ ਵੱਡੀ ਤੇ ਸਹੀ, ਹੁਣ ਨਹੀਂ ਤੇ ਫਿਰ ਵੱਡੀ ਤੇ ਸਹੀ, ਵੱਡੀ ਤੇ ਆਪਾਂ ਕੈਮਰਾ ਹੱਥ 'ਚ ਲੈ ਕੇ ਬਣਾਉਣੀ ਹੈ। ਠੀਕ ਹੈ, ਮੈਂ ਦੱਸਾਂ ਦੱਸਾਂ ਕਾਪੀਆਂ ਐਡਵਾਂਸ 'ਚ ਲੈ ਲੈਣੀ ਹੈ, ਕੱਪੜੇ ਮੇਰੇ ਪਿੰਡ ਰਹਿ ਗਏ ਸੀ ਅਤੇ ਕੱਪੜੇ ਜਿਹੜੇ ਪਿੰਡ ਮੰਗਾਏ, ਲੇਕਿਨ ਹੁਣ ਮੈਂ ਪਾ ਲਿਆ ਹੀ, ਪ੍ਰੈਸ ਪ੍ਰੁਸ ਕਰਕੇ ਮੇਰੇ ਕੱਪੜੇ ਮੋਸਟਲੀ ਸਾਰੇ ਪਿਛਲੇ ਸਾਲ ਦੇ ਗਰਮੀਆਂ ਵਾਲੇ ਪਿੰਡ ਪਏ ਹੋਏ ਸੀ, ਹੁਣ ਮੰਗਵਾ ਲਏ ਨੇ, ਅਤੇ ਹੁਣ ਜਿਹੜਾ ਆਪਾਂ ਫਿਰ ਚੱਲਦੇ ਹਾਂ, ਥੋੜ੍ਹੀ ਦੇਰ ਨੂੰ ਤੁਹਾਡੇ ਨਾਲ ਮਿਲਦੇ, ਗੱਲਾਂ ਬਾਤਾਂ ਭਰਾਵਾਂ ਨਾਲ ਕਰ ਲਈਏ, ਕੋਈ ਚਾਹ ਪਾਣੀ ਪੁੱਛ ਲਈ ਉਹਨਾਂ ਨੇ, ਕਹਿਣਾ ਆਏ ਨੇ ਤਾਂ ਬਹਿ ਲੈਣਾ, ਪਹਿਲੇ ਹੀ ਹੱਥ ਵਿੱਚ ਸੀ, ਤਿਆਰ ਬੈਠੇ ਜਿਵੇਂ ਕਹਿੰਦੇ ਨਾ ਉਹ ਗੋਲੀ ਚਲਾਉਣ ਨੂੰ ਤਿਆਰ ਰੱਖੀ ਹੁੰਦੀ, ਅਤੇ ਪਹਿਲੇ ਤਿਆਰ ਸੀ ਉਹਨਾਂ ਨੇ ਵੀਡੀਓ ਸ਼ੁਰੂ ਕਰ ਲਈ। ਭਾਈ ਲੋਕ ਚਲੇ ਗਏ ਨੇ ਅਤੇ ਛੋਟੇ ਛੋਟੇ ਬੱਚੇ ਜਿਹੜੇ ਨਾ ਸਾਡੇ ਨਿਊ ਸਬਸਕ੍ਰਾਈਬਰ, ਸੁਬਾਹ ਦੇ ਵਿਚਾਰੇ 3 ਦਫ਼ਾ ਆ ਚੁੱਕੇ ਹੋਏ ਨੇ, ਇਹ ਬੱਚਾ ਸ਼ਰਮਾਈ ਜਾ ਰਿਹਾ ਹੁਣ। ਇਤਨਾ ਕਿਉਂ ਸ਼ਰਮਾ ਰਹੇ ਹੋ, ਕਿਆ ਹੋਇਆ? ਵੈਸੇ ਸ਼ਰਮ ਆ ਰਹੀ ਹੈ, ਸੁਬਾਹ ਦੇ ਬੱਚੇ ਨਾ 3 ਦਫ਼ਾ ਆ ਚੁੱਕੇ ਹੋਏ, ਅਤੇ ਉਸ ਟਾਈਮ ਜਿਸ ਟਾਈਮ ਵੀ ਬੱਚੇ ਆਉਂਦੇ ਨੇ ਉਸ ਟਾਈਮ ਜਿਹੜਾ ਨਾ ਮੈਂ ਅਜੇ ਕੰਮ ਹੀ ਕਰ ਰਿਹਾ, ਛੋਟੇ ਛੋਟੇ ਸਬਸਕ੍ਰਾਈਬਰ ਇਹਦੀ ਖੁਸ਼ੀ 'ਚ ਇਕੱਠੇ ਹੋ ਰਹੇ ਨੇ। ਅਤੇ ਹੁਣ ਬਾਈ ਜਿਹੜੇ ਨਾਲ ਚਲੇ ਗਏ ਨੇ, ਅਤੇ ਉਸ ਤੋਂ ਬਾਅਦ ਮਾਂ ਜੀ ਉੱਠੋ ਫਿਰ, ਲਾਈਟਾਂ ਵਗੈਰਾ ਬੰਦ ਕਰੀਏ, ਕਿੰਨੀਆਂ ਕੁ ਲਾਈਟਾਂ ਚਲਾਈਆਂ ਨੇ, ਹੁਣ ਚੱਲੀਏ ਜੀ ਆਪਾਂ ਮਾਂ ਜੀ ਨੂੰ ਲੈ ਕੇ ਜਾਣਾ ਜਾਂਦੀ ਕਜ਼ਨ ਦੇ ਕੋਲ ਮਿਲਣ ਵਾਸਤੇ। ਮੇਰੇ ਉਦੋਂ ਦੇ ਇੱਥੇ ਟੰਗੇ ਕੱਪੜੇ, ਕੱਪੜੇ ਤਾਂ ਲਾ ਦਿਓ ਯਾਰ, ਮੇਰੇ ਕੱਪੜੇ ਆ ਗਏ ਨੇ, ਇਹਨਾਂ ਨੂੰ ਪ੍ਰੈਸ ਕਰਾ ਦਿਆ ਜੀ। ਠੀਕ ਹੈ, ਕਿਉਂਕਿ ਕੱਪੜੇ ਇਸ ਟਾਈਮ ਮੇਰੇ ਕੋਲ ਨਹੀਂ, ਹੁਣ ਨਹੀਂ ਜਾਂਦੇ ਜਿੱਥੇ ਜਾਣਾ। ਅਤੇ ਤੁਸੀਂ ਮੈਨੂੰ ਦੱਸੋ ਕਿ ਹੋਰ ਤਾਂ ਨਹੀਂ ਕਿਤੇ ਵੀ ਜਾਣਾ? ਹੋਰ ਕਿਤੇ ਵੀ ਨਹੀਂ ਜਾਣਾ। ਲਓ ਜੀ, ਮਾਂ ਮੇਰੀ ਅੱਜ ਲਾਲੀ ਪਾਊਡਰ ਲਾ ਕੇ ਕਜ਼ਨ ਦੇ ਘਰ ਜਾਣ ਦੀ ਖੁਸ਼ੀ ਦੇ ਵਿੱਚ, ਕਸਮ ਲੈ ਲਾ ਮੂੰਹ ਤੇ ਹੋਂਟਾ ਤੇ ਮਾੜੀ ਜਿਹੀ ਥਿੰਦੀ ਸੁਰਖੀ ਲਾਈਏ, ਥਿੰਦੀ ਸੁਰਖੀ ਲਾਈ, ਹੋਰ ਕੋਈ ਚੀਜ਼ ਲਾਈ ਹੋਵੇ ਕਸਮ। ਆ ਹੋਂਟਾ ਤੇ ਕਹਿਣਾ ਥਿੰਦੀ ਸੁਰਖੀ ਹੈ, ਥਿੰਦੀ ਸੁਰਖੀ ਕਿਹੜੀ ਹੁੰਦੀ ਜੀ? ਬੜੇ ਫਟੇ ਪਏ ਨਾ, ਉਹ ਲਿਪ ਗਲੋਸ ਜੇ ਲਾਈ ਹੈ। ਅੱਛਾ, ਲਿਪ ਗਲੋ ਲਾਇਆ ਹੈ, ਗਲੋ ਤਾਂ ਹੀ ਫਿਰ ਗਲੋ ਬਾਹਰ ਨਿਕਲਿਆ ਨਾ, ਉਹ ਲਿਪ ਗਲੋ ਇੱਥੇ ਲਾਇਆ ਤੇ ਇੱਥੋਂ ਗਲੋ ਇੰਜ ਇੰਜ ਖਿੱਚਿਆ ਗਿਆ, ਉਹ ਇੱਥੋਂ ਕਰਕੇ ਬਾਹਰ ਨਿਕਲ ਗਿਆ। ਨਹੀਂ 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 ਇਹ ਚੈੱਕ ਕਰੋ, ਇਹ ਗਲੋ ਚੈੱਕ ਕਰੋ, ਇੱਕ ਤੇ ਮਾਂ ਮੇਰੀ ਕਹਿੰਦੀ ਇਹ ਗੱਲਾਂ ਪੁੱਟਦਾ, ਤੂੰ ਤੇ ਮੇਰੀਆਂ ਗੱਲਾਂ ਇੱਥੋਂ ਪੀੜ ਕਰਨ ਲੱਗ ਪੈਂਦੀਆਂ।
ਸਖਤ ਹੱਥ ਨੇ, ਮੈਂ ਕਿਹਾ ਲੱਕੜ ਬੰਨੀ ਨਾਲ, ਵਾਕਈ ਸਖਤ ਹੱਥ ਨੇ, ਮੇਰੇ ਛਾਲੇ ਬਣੇ ਨੇ ਜਿਮ ਕਰਕੇ ਹੈ। ਜਿਮ ਕਰਨ ਨਾਲ ਵੈਸੇ ਫਰਕ ਤਾਂ ਕੋਈ ਪੈਂਦਾ ਨਹੀਂ, ਢਿੱਡ ਮੇਰਾ ਉੱਡਦਾ ਉੱਡਦਾ, ਮੈਂ ਜਿੰਨੀ ਮਰਜ਼ੀ ਜਿਮ ਕਰ ਲਾ ਨਾ ਮੇਰਾ ਵਜ਼ਨ ਘੱਟਦਾ। ਨਹੀਂ ਇਹ ਮੈਨੂੰ ਇਸ ਤੋਂ ਲੱਗਦਾ ਕਿ ਮੇਰਾ ਵਜ਼ਨ ਇਸ ਤੋਂ ਨਹੀਂ ਕਰਦਾ, ਕਿਉਂਕਿ ਮੇਰੇ ਕੋਲ ਖੁਰਾਕ ਕੰਟਰੋਲ ਨਹੀਂ ਹੁੰਦੀ। ਅਗਰ ਮੈਂ ਖੁਰਾਕ ਕੰਟਰੋਲ ਕਰਾਂ ਤਾਂ ਉਸ ਬਾਅਦ ਮੇ ਵੀ ਹੋ ਸਕਦਾ, ਲੇਕਿਨ ਲੇਕਿਨ ਮਸਲਾ ਹੈ ਕਿ ਕੋਈ ਹੱਡੀ ਹੁੰਦੀ ਉਹਨੂੰ ਨਹੀਂ ਫੀਲ ਹੁੰਦਾ ਜਿੰਨਾ ਮਰਜ਼ੀ ਖਾ ਲੇ। ਕੋਈ ਹੱਡੀ ਐਸੀ ਹੁੰਦੀ ਉਹ ਇੱਕ ਬੁਰਕੀ ਵੀ ਖਾ ਲਵੇ ਨਾ ਉਹਨੂੰ ਟੱਕਰ ਕੇ ਫੀਲ ਹੁੰਦਾ, ਕਿਉਂਕਿ ਇਹ ਕੱਪੜੇ ਜਿਹੜੇ ਨਾ ਇਹ ਕੱਪੜੇ ਮੇਰੇ ਪਿਛਲੇ ਗਰਮੀਆਂ ਦੇ ਨੇ, ਠੀਕ ਹੈ, ਅਤੇ ਮੈਂ ਹੁਣ ਪਾਏ ਨੇ ਕੱਪੜੇ ਅਤੇ ਮੈਨੂੰ ਫੀਲ ਹੋ ਰਿਹਾ ਜਿਸ ਮੈਂ ਝੱਗਾ ਪਾਇਆ ਅਤੇ ਇੰਝ ਕਰਕੇ ਮੈਂ ਕਿਹਾ ਖੁੱਭ ਗਿਆ, ਕਿੱਥੇ ਖੁੱਭ ਗਿਆ ਇਹਨੂੰ ਲਓ। ਟੁੱਟੇ ਨਾ, ਅਗਲਾ ਬੰਦਾ ਸੜ ਸੜ ਕੇ ਸਵਾਹ ਬਣਾ ਦਿਓ। ਹੈ ਕੋਈ ਸੜਦਾ ਹੈ ਤੇ ਸੜੇ, ਕੋਈ ਬਲਦਾ ਹੈ ਤੇ ਬਲੇ, ਮੈਂ ਰਾਂਝਣ ਕਹਿਣਾ। ਕਿਆ ਬਾਤ ਹੈ ਜੀ, ਕਿਆ ਹੱਲ ਹੈ। ਆ ਵੀ ਜਿਹੜਾ ਸੜਦਾ ਸੜੇ, ਠੀਕ ਹੈ। ਅਸੀਂ ਕੀ ਕਰਨਾ, ਇੰਝ ਮੋਢੇ ਨਾਲ ਮੋਢਾ ਲਾ ਕੇ ਇੰਝ, ਨਹੀਂ ਇੰਝ ਕਰ ਦਿੰਦੇ ਸਰ, ਇੰਝ ਕਰ ਦਿੰਦੇ, ਇਹ ਇੰਝ ਯੈਸ ਕਰ ਦੇਣਾ। ਕੌਣ? ਲਓ ਜੀ, ਮੈਨੂੰ ਲੱਗਦਾ ਪਿਆ ਅੱਗੇ ਬੱਚੇ ਸ਼ਰਮਾ ਕੇ ਚਲੇ ਗਏ ਸੀ, ਠੀਕ ਹੈ, ਅਤੇ ਹੁਣ ਬੱਚੇ ਦਾ ਦੁਬਾਰਾ ਫੇਰ ਆ ਗਏ ਨੇ। ਮੈਨੂੰ ਪੱਕਾ ਬੱਚੇ ਲੱਗ ਰਿਹਾ, ਉੱਠੋ, ਮੈਂ ਤੁਹਾਨੂੰ ਕਹਿ ਰਿਹਾ ਚੱਲੀਏ। ਹਾਂਜੀ, ਕਹਿਣੇ ਬੜੇ ਮਤਲਬ ਨਾ, ਮੈਨੂੰ ਸਮਝ ਨਹੀਂ ਆਂਟੀ, ਇਹ ਜਿਹੜੇ ਬੱਚੇ ਗੇਟ ਗੇਟ ਦੇ, ਠੀਕ ਹੈ, ਦਰਵਾਜ਼ਾ ਖੜਕਾ ਕੇ ਭੱਜ ਗਏ। ਪਹਿਲੇ ਦੋ ਤਿੰਨ ਦਫਾ ਬੜੇ ਤਮੀਜ਼ ਨਾਲ ਗੱਲ ਗੁਲ ਕੀਤੀ ਤਾਂ ਹੁਣ ਦਰਵਾਜ਼ਾ ਖੜਕਾ ਕੇ ਭੱਜ ਗਏ, ਗੈਪ ਹੋ ਗਏ। ਹੈ ਇਹ ਬੰਦਾ ਪੁੱਛੇ, ਮੈਂ ਤੁਹਾਡਾ ਮਜ਼ਾਕ, ਮੈਂ ਕਿਹਾ ਜੇ ਮੇਰੇ ਹੱਥੀ ਲੱਗ ਗਿਆ ਨਾ ਮੈਂ ਇੱਕ ਇੱਕ ਚੰਡ ਕਰਾਉਣੀ ਅਤੇ ਤੁਹਾਡੇ ਹੱਥ ਧੋਣਾ ਘੁੰਮ ਜਾਣੀ। ਇਹਨੇ ਤਾਂ ਗਿੱਠ ਗਿੱਠ ਦੇ ਬੱਚੇ ਨੇ, ਠੀਕ ਹੈ, ਉਹ ਖੁਸ਼ ਹੁੰਦੇ ਨੇ, ਮੈਂ ਵਲੌਗ ਚ ਲਿਆਂਦਾ, ਖੁਸ਼ ਹੋਣ ਜੋ ਮਰਜ਼ੀ ਕਰਨ, ਠੀਕ ਹੈ। ਦਰਵਾਜ਼ਾ ਖੜਕਾ ਕੇ ਭੱਜਣ ਵਾਲੀ ਕਿਹੜੀ ਗੱਲ, ਤੂੰ ਦਰਵਾਜ਼ਾ ਖੜਕਾ ਉੱਥੇ ਰੁਕ ਜਾ, ਮੈਂ ਕਿਹੜਾ ਤੁਹਾਨੂੰ ਕੁੱਟਣਾ। ਵਲੌਗ ਚ ਮੈਂ ਅੱਗੇ ਲਿਆਂਦੇ ਸਾਰੇ, ਮੈਂ ਜਦੋਂ ਵਲੌਗ ਬਣਾ ਰਿਹਾ ਸੀ ਨਾ, ਆਏ ਨੇ ਮੈਂ ਸਾਰੇ ਲੈ ਕੇ ਆਉਂਦੇ ਨੇ, ਉਦੋਂ ਸ਼ਰਮਾ ਗਏ ਨੇ, ਸਾਰੇ ਸ਼ਰਮਾ ਗਏ। ਮੈਂ ਕਿਹਾ ਆ ਜਾਓ, ਤੁਮਨੇ ਸੁਬਹ ਦੇ ਤਿੰਨ ਚੱਕਰ ਲਗਾਏ, ਅਬ ਆ ਜਾਓ ਤੁਮ, ਠੀਕ ਹੈ। ਤੁਮ ਕਹਿ ਰਹੇ ਮੇਰੇ ਵਲੌਗ ਮੈਂ ਆਉਣਾ, ਅਤੇ ਉਹ ਕੁਛ ਇੰਜ ਇੰਜ ਕਰਕੇ ਨਾ ਮੂੰਹ ਦੇ ਉੱਤੇ ਹੱਥ ਰੱਖ ਕੇ ਐਂ ਕਰਕੇ ਕੰਮ ਪਾ ਰਿਹਾ। ਮੈਂ ਕਿਹਾ ਵੀ ਹੁਣ ਸੁਬਹਾ ਤਾਂ ਤੂੰ ਤਿੰਨ ਚੱਕਰ ਲਾਏ, ਉਸ ਟਾਈਮ ਮੈਂ ਕੰਮ ਕਰ ਰਿਹਾ ਸੀ, ਠੀਕ ਹੈ, ਅਤੇ ਮੈਂ ਸ਼ਕਲ ਮੇਰੀ ਨਾ ਉਜੜੀ ਪਈ ਸੀ, ਫੁੱਲ ਜਿਹੜਾ ਨਾ ਮੈਂ ਨਹਾਤਾ ਸੁਬਹਾ, ਤਾਂ ਮੈਂ ਵੈਜੀ ਬੈਠਾ ਹੋਇਆ ਸੀ। ਹੁਣ ਮੈਂ ਨਹਾ ਕੇ ਸ਼ਾਵਰ ਸ਼ੁਵਰ ਲਿਆ, ਤਾਂ ਮੈਂ ਚੇਂਜ ਕੀਤਾ, ਅਤੇ ਮੈਂ ਕਿਹਾ ਚਲੋ ਹੁਣ ਬਣਾ ਲੈਣ, ਅਤੇ ਮੈਨੂੰ ਲੱਗਦਾ ਫਿਰ ਆ ਗਏ ਦੁਬਾਰਾ। ਜੇ ਹੁਣ ਦਰਵਾਜ਼ਾ ਖੜਕਾ ਕੇ ਭੱਜਣਾ ਤਾਂ ਮੈਂ ਕਿਸੇ ਦੇ ਰੋਕ ਦੇ ਨਹੀਂ ਚਾਹੁੰਦਾ। ਮੈਨੂੰ ਬਾਹਰ ਫੁੱਲ ਮਿਲੇ ਬਹੁਤ ਹੀ ਜ਼ਿਆਦਾ ਖੂਬਸੂਰਤ, ਅਤੇ ਮੈਂ ਕਿਹਾ ਕਿਉਂ ਨਾ ਮੈਂ ਆਪਣੀ ਰਾਣੀ ਨੂੰ ਜਿਹੜਾ ਨਾ ਸਰਪ੍ਰਾਈਜ਼ ਦੇਵਾਂ, ਰਾਣੀ ਨੂੰ ਦਈਏ ਆਪਾਂ ਫੁੱਲ, ਠੀਕ ਹੈ। ਡਾਰਲਿੰਗ, ਆਪਕੇ ਲਈ ਇੰਝ ਨਹੀਂ, ਉਹ ਕਹਿੰਜੇ ਇੰਝ ਗੋਡਾ ਲਾ, ਮੈਂ ਪੁੱਛਣਾ ਸੀ, ਇਹ ਆਪਾਂ ਲਾ ਲਿਆ ਗੋਡਾ ਇੰਝ ਕਰਕੇ, ਠੀਕ ਹੈ, ਅਤੇ ਇਹ ਆਪਾਂ ਦੇ ਰਹੇ ਹੁਣ। ਹੇ ਚਲੋ ਠੀਕ, ਪ੍ਰਿੰਸਿਸ, ਹਾਂਜੀ, ਆਏ ਪ੍ਰਿੰਸਿਸ, ਤੁਹਾਡੇ ਫੁੱਲਾਂ ਦੇ ਚੱਕਰ ਮੇਰਾ ਗੋਡਾ ਥੱਕ ਗਿਆ, ਅਤੇ ਮੇਰੀ ਉਂਗਲਾਂ 'ਚ ਵੱਜ ਗਏ ਨੇ ਕੰਡੇ, ਠੀਕ ਹੈ। ਤਾਂ ਪ੍ਰਿੰਸਿਸ ਖੁਸ਼ ਨਹੀਂ ਹੋਈ, ਰਾਣੀ ਆਪਣੀ ਖੁਸ਼ ਨਹੀਂ ਹੋਈ, ਰਾਣੀ ਦਾ ਮੂੰਹ 'ਤੇ ਸਮਾਈਲ ਹੀ ਕੋਈ ਨਹੀਂ ਆਈ। ਲੈ ਰਾਣੀ ਬੜੀ ਸੁਰਦਾ ਸੁਰਦਾ ਬੈਠੀ ਫੋਨ 'ਤੇ ਲੱਗੀ ਹੋਈ, ਚੁੰਡੀ ਦਾ ਸਵਾਦ ਆਉਂਦਾ ਨਾ, ਉਹ ਕਿਸ ਅਸਤਗਫਿਰੁੱਲਾ, ਮਾਫ ਕਰ ਮੇਰਾ ਹੱਥ, ਦੱਸੋ ਮਿੱਟੀ ਲੱਗ ਕਿੱਥੋਂ, ਥੋੜੀ ਥੋੜੀ ਜਿਹੀ ਮੈਨੂੰ ਨਾ ਘੰਟਾ ਹੋ ਗਿਆ, ਬੜੇ ਨੱਕ ਦੀ ਛੇਵੀਂ ਇਸ ਚੱਲਦੀ ਤੁਹਾਡੀ, ਕਹਿੰਦੀਆਂ
ਗੁਲਾਬ ਦੇ ਚੰਨ ਵਾਂਗੂ ਤੇ ਕਿਉਂ ਨਾ ਗੁਲਾਬ ਦੇ ਚੰਨ ਵਾਂਗੂ ਜਦੋਂ ਚਮਕ ਰਹੀ ਹੈ ਤੇ ਆਪਾਂ ਨਾਲ ਗੁਲਾਬ ਗਿਫਟ ਕਰੀਏ ਕਰਨੇ ਬੰਦੇ ਕਿ ਨਹੀਂ ਬੰਦੇ ਕਰਨੇ ਬੰਦੇ ਨੇ ਇਸ ਵਾਰ ਆਪਾਂ ਕੀਤੇ ਨੇ ਹਾਂਜੀ ਮਾਂ ਨਾਲ ਜਿਹੜਾ ਬੱਚਾ ਪਿਆਰ ਕਰਦਾ ਨਾ ਉਹਨੂੰ ਆਪਣੀ ਮਾਂ ਹੀ ਸਭ ਕੁਛ ਨਜ਼ਰ ਆਉਂਦੀ ਤੇ ਲੇਕਿਨ ਜਦੋਂ ਮਾਂ ਹੀ ਤਾਂ ਜੰਨਤ ਹੈ ਜੰਨਤ ਦਾ ਪਰਛਾਵਾਂ ਇਹਨੂੰ ਕਹਿੰਦੇ ਨਾ ਮਾਂ ਨਾਲ ਪਿਆਰ ਕਰਿਆ ਕਰੋ ਬਹੁਤਾ ਬਹੁਤਾ ਪਿਆਰ ਕਰੋ ਮਾਂ ਦਾ ਦਿਲ ਖੁਸ਼ ਕਰਿਆ ਕਰੋ ਮਾਂ ਨੇ ਕੀ ਮੰਗਣਾ ਉਹ ਤਾਂ ਦੁਆਵਾਂ ਦਿੰਦੀ ਸਗੋਂ ਤੁਹਾਨੂੰ ਜੰਨਤ ਹੁੰਦੀ ਬੁੱਢੀਆਂ ਦੇ ਪੈਰਾਂ 'ਚ ਬੁੱਢੀਆਂ ਦੇ ਪੈਰਾਂ 'ਚ ਵੀ ਜੰਨਤ ਹੁੰਦੀ ਮਾਂ ਦੇ ਇਹਦਾ ਮਤਲਬ ਇਹ ਆ ਕਿ ਮਾਂ ਜਿਹੜੀ ਹੁੰਦੀ ਨਾ ਉਹ ਤੇਰੀ ਮਾਂ ਹੈ ਤੇ ਜਿਹੜੀ ਤੇਰੀ ਬੀਵੀ ਹੈ ਨਾ ਤੇਰੀ ਬੀਵੀ ਉਹ ਤੇਰੇ ਬੱਚਿਆਂ ਦੀ ਮਾਂ ਹੈ ਜਿਹੜਾ ਮਾਂ ਦੇ ਕਦਮਾਂ ਥੱਲੇ ਜਦੋਂ ਬੰਦਾ ਵਹਿ ਜਾਂਦਾ ਉਹ ਤਾਂ ਬੰਦੇ ਦੀ ਜਨਤ ਹੁੰਦੀ ਬੁੜੀ ਤੇ ਇਸ ਜੇ ਤੁਸੀਂ ਜਨਤ ਕਮਾਣੀ ਚਾਹੁੰਦੇ ਜਿਹੜੇ ਵੇਲੇ ਵਿਆਹ ਨੇ ਨਾ ਰਾਤ ਨੂੰ ਬੁੜੀਆਂ ਦੇ ਪੈਰ ਘੁੱਟ ਕੇ ਸੁਣਾ ਕਰੋ ਠੀਕ ਹੈ ਮੈਂ ਇਸ ਹੱਕ ਚ ਧੀਓ ਭੈਣੋ ਤੁਹਾਡੇ ਨਾਲ ਹਾਂ ਜਿਹੜੇ ਨਹੀਂ ਨਾ ਆਖੇ ਲੱਗਦੇ ਬੰਦੇ ਆਪੇ ਦੋ ਲੋਕ ਉਹਨਾਂ ਨੂੰ ਪੁੱਛੇਗਾ ਅਸਤਗਫਰ ਅੱਲਾਹ ਅਸਤਗਫਰ ਅੱਲਾਹ ਤੁਸੀਂ ਤਾਂ ਕੰਮ ਸਿੱਧਾ ਖਰਾਬ ਕਰ ਦਿੱਤਾ ਬਹੁਤ ਸਾਰੇ ਬੰਦੇ ਨੇ ਜਿਹੜੇ ਇਸ ਚੀਜ਼ ਨੂੰ ਹੱਥਕ ਸਮਝਦੇ ਨੇ ਔਰਤ ਦੇ ਨਾਲ ਬਹਿ ਕੇ ਰੋਟੀ ਖਾਣੀ ਵੀ ਨਹੀਂ ਸਮਝਦੇ ਕਿ ਸਾਡੇ ਨਬੀ ਪਾਕ ਦੀ ਸੁਨਨਤ ਹੈ ਆਪਣੀ ਬੀਵੀ ਦੇ ਨਾਲ ਬਹਿ ਕੇ ਖਾਣਾ ਖਾਓ ਖਾਇਆ ਕਰੋ ਵੀ ਰੋਟੀਆਂ ਨਾਲ ਬਹਿ ਖਾਇਆ ਕਰੋ ਯਾਰ ਤੁਸੀਂ ਕਿਉਂ ਨਹੀਂ ਤੁਸੀਂ ਮਾਂ ਜੀ ਦੀ ਗੱਲ ਕਿਉਂ ਨਹੀਂ ਮੰਨਦੇ ਪਹਿਲਾਂ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਮਾਂ ਜੀ ਦੀਆਂ ਗੱਲਾਂ ਮੰਨਿਆ ਕਰੋ ਮਾਂ ਜੀ ਚੰਗੀਆਂ ਚੰਗੀਆਂ ਗੱਲਾਂ ਕਰਦੇ ਨੇ ਇਹ ਜ਼ਰੂਰੀ ਨਹੀਂ ਹੈਗਾ ਪੈਰ ਘੁੱਟਣਾ ਨਹੀਂ ਸ਼ਾਮ ਨੂੰ ਸ਼ੋਹਰ ਬਾਹਰੋਂ ਆਇਆ ਕੰਮ ਕਾਰ ਕਰਕੇ ਆਣ ਕੇ ਬੀਵੀ ਨੂੰ ਪੁੱਛਦਾ ਭਲੀਏ ਤੇਰਾ ਕਿਵੇਂ ਦਿਨ ਗੁਜ਼ਰਿਆ ਤੂੰ ਥੱਕ ਤੇ ਨਹੀਂ ਗਈ ਤੂੰ ਬਿਮਾਰ ਤੇ ਨਹੀਂ ਤੈਨੂੰ ਉਹ ਬਾਹਰੋਂ ਉਹ ਵੀ ਉਹ ਵਿਚਾਰਾ ਬਾਹਰੋਂ ਕੰਮ ਕਰਕੇ ਭਲੀ ਨੇ ਪਹਿਲੇ ਮੱਥੇ ਤੇ ਕੱਪੜਾ ਬੰਨਿਆ ਭਲੀ ਕਹੇ ਆਏ ਮੈਂ ਲੁੱਟੀ ਗਈ ਇਹ ਨਹੀਂ ਗੱਲ ਹੈ ਕਦੀ ਨਹੀਂ ਕੱਪੜਾ ਬੰਨਣਗੇ ਸ਼ੋਹਰ ਆਇਆ ਹੱਸਦਾ ਹੱਸਦਾ ਵੇ ਸੋਹਣੀਏ ਤੇਰਾ ਕੀ ਹਾਲ ਹੈ ਕਿਵੇਂ ਠੀਕ ਹੈ ਆ ਜਾ ਬਹਿ ਜਾ ਦੋਵੇਂ ਇਕੱਠੇ ਬਹਿ ਕੇ ਚਾਹ ਪੀਂਦੇ ਲੈ ਆਉਂਦੇ ਸਾਰੇ ਗਮ ਗੁੰਮ ਪਰੇ ਚੱਲੇ ਉਹ ਕਹੇ ਮੈਂ ਚਾਹ ਪੀਂਦੀ ਨਹੀਂ ਫੇਰ ਮੇਰਾ ਰੰਗ ਕਾਲਾ ਹੁੰਦਾ ਫੇਰ ਉਹ ਬੰਦੇ ਤੇ ਚੜ ਜਾਣੀ ਚਾਹ ਦਾ ਮਤਲਬ ਇਹ ਕਿ ਵੀ ਆ ਜਾ 2 ਮਿੰਟ ਇਕੱਠੇ ਬਹਿ ਲਈਏ ਹੋਰ ਚਾਹ ਜ਼ਰੂਰੀ ਨਾ ਪੀਂ ਚਲੋ ਉੱਠੋ ਫਿਰ ਆਪਾਂ ਤੇ ਚਾਹ ਪੀਣ ਚੱਲੀ 8 ਮਿੰਟ ਮਾਰੋ ਆ ਤੇ ਫੁੱਲ ਚੁੱਕੋ ਤੇ ਪਰੇ ਚੁੱਕੋ ਤੇ ਮੈਲ ਚੁੱਕੋ ਤੇ ਚੱਲੀ ਆਪਾਂ ਜਾ ਕੇ ਮਿਲ ਕੇ ਜੀ ਉਸ ਤੋਂ ਬਾਅਦ ਕੀ ਕਰਨਾ ਕੀ ਕਰਨਾ ਕੀ ਕਰਨਾ ਚੱਲੀ ਉੱਠੋ ਚਲੋ ਚਾਹ ਵੀ ਫੜ ਲਈ ਮੈਂ ਬਾਹਰ ਦੇ ਗੇਟ ਦੀ ਚਾਬੀ ਕਿੱਥੇ ਉਹ ਸੁਬਾ ਦੀ ਚਾਬੀ ਕੱਲ ਦੀ ਉਹ ਦਰਵਾਜ਼ੇ 'ਚ ਲੱਗੀ ਕੱਲ ਦੀ ਭਾਅ ਜੀ ਹੁਣ ਚੱਲੀਏ ਜਾ ਕੇ ਮਾਂ ਜੀ ਨੂੰ ਉਹਨਾਂ ਦੀ ਕਜ਼ਨ ਦੇ ਨਾਲ ਲਿਆਈਏ ਮਲਵਾ ਅਤੇ ਮਲਵਾ ਕੇ ਅਤੇ ਫਿਰ ਵੇਖਦੇ ਹਾਂ ਕਿ ਬਾਕੀ ਕੀ ਹਿਸਾਬ ਕਿਤਾਬ ਨੇ ਅੱਜ ਬਾਹਰ ਵੀ ਵਾਵਾ ਜਿਹੜਾ ਨਾ ਜਸ਼ਨ ਜੁਸ਼ਨ ਦਾ ਮੈਨੂੰ ਹਿਸਾਬ ਲੱਗ ਰਿਹਾ ਕਿਉਂਕਿ ਬਾਹਰ ਪਤਾ ਨਹੀਂ ਕੀ ਮੈਂ ਉਸ ਤੋਂ ਬਾਅਦ ਬਾਹਰ ਹੀ ਨਿਕਲਿਆ ਐਸਾ ਫਸਿਆ ਮੈਂ ਕੰਮ ਦੇ ਵਿੱਚ ਐਸਾ ਫਸਿਆ ਮੇਰਾ ਪੂਰਾ ਦਿਨ ਲੰਘ ਗਿਆ ਕੰਮ ਪੂਰਾ ਕੋਈ ਨਹੀਂ ਬਾਹਰ ਹੋ ਗਿਆ ਹੈ ਰਾਤ ਰਾਤ ਦਾ ਮੰਜ਼ਰ 6 hours later ਜਿੱਦਾਂ ਦੂਸਰਾ ਦਿਨ ਹੈ ਅਤੇ ਮਾਂ ਜੀ ਨੂੰ ਜਿਹੜਾ ਹੈ ਨਾ ਮੈਂ ਲਿਆ ਰੈਸਟੋਰੈਂਟ 'ਤੇ ਮਾਂ ਜੀ ਨੂੰ ਪਹਿਲੇ ਮਾਂ ਜੀ ਦੀ ਕਜ਼ਨ ਨਾਲ ਮਿਲਾਤਾ ਹੈ ਮਾਂ ਜੀ ਨੇ ਬੜਾ ਰੌਲਾ ਪਾਇਆ ਸੀ ਆਪਣੀ ਕਜ਼ਨ ਨੂੰ ਮਿਲਣਾ ਕਜ਼ਨ ਨੂੰ ਮਿਲਣਾ ਕਜ਼ਨ ਨਾਲ ਮਿਲਾਤਾ ਮੈਂ ਕਿਹਾ ਚਲੋ ਹੁਣ ਤੁਹਾਨੂੰ ਡਿਨਰ ਕਰਾ ਦੇਣਾ ਕੋਈ ਅੱਛਾ ਜਿਹਾ ਠੀਕ ਹੈ ਫੈਮਿਲੀ ਦੇ ਵਿੱਚ ਕਿਤੇ ਇੱਧਰ ਉੱਧਰ ਜਾਣ ਦਾ ਬਿਹਤਰ ਹੈ ਕਿ ਤੁਸੀਂ ਰੈਸਟੋਰੈਂਟ ਜਾਓ ਚੁੱਪ ਕਰਕੇ ਅਤੇ ਡਿਨਰ ਕਰੋ ਠੀਕ ਹੈ ਇਸ ਤਰ੍ਹਾਂ ਮੈਂ ਇੱਕ ਵੀਡੀਓ ਦੇ ਉੱਤੇ ਸਿਸਟਰ ਨੇ ਕਮੈਂਟ ਕੀਤਾ ਹੋਇਆ ਸੀ ਕਹਿ ਰਹੀ ਸੀ ਕਿ ਨਾ ਅਸੀਂ ਵੀ ਇੰਝ ਕੀਤਾ ਈਦ ਦੇ ਉੱਤੇ ਕਿ ਅਸੀਂ ਕਿਤੇ ਇੱਧਰ ਉੱਧਰ ਜਾਣ ਦੀ ਬਜਾਏ ਨਾ ਅਸੀਂ ਰੈਸਟੋਰੈਂਟ ਗਏ ਚੁੱਪ ਕਰਕੇ ਆਪਣਾ ਫੈਮਿਲੀ ਦੇ ਨਾਲ ਟਾਈਮ ਸਪੈਂਡ ਕੀਤਾ ਡਿਨਰ ਕੀਤਾ ਡਿਨਰ ਕਰਕੇ ਘਰ ਆ ਗਏ ਇਜ਼ੀ ਠੀਕ ਹੈ ਨਾ ਇੱਧਰ ਉੱਧਰ ਟੈਨਸ਼ਨ ਨਾ ਕੋ ਟੈਨਸ਼ਨ ਅਤੇ ਮੈਂ ਕਿਹਾ ਚਲੋ ਉਹਨਾਂ ਦਾ ਫਾਰਮੂਲਾ ਅਸੀਂ ਇੰਪਲੀਮੈਂਟ ਕਰੀਏ ਪਹਿਲੇ ਵਾਲ ਦਾ ਕਾਫੀ ਟਾਈਮ ਤੋਂ ਕਹਿ ਰਹੀ ਸੀ ਜੀ ਮੈਂ ਆਪਣੇ ਕਜ਼ਨ ਮਿਲਣਾ ਕਜ਼ਨ ਮਿਲਣਾ ਕਜ਼ਨ ਮਿਲਣਾ ਠੀਕ ਹੈ ਅਤੇ ਕਜ਼ਨ ਨੂੰ ਮਿਲਾ ਦਿੱਤਾ ਵਾਰੀ ਵਾਲ ਦਾ ਨਜ਼ਰ ਮੈਂ ਕਿਹਾ ਉਹਨਾਂ ਦੀ ਅੱਖ ਬਣੀ ਸੀ ਤਾਂ ਵਾਸਤੇ ਦਾ ਪਤਾ ਲੈਣ ਵਾਸਤੇ ਹਾਂ ਤੇ ਉਹ ਉਹਨਾਂ ਦਾ ਪਤਾ ਲੈਣਾ ਸੀ ਵਾਲ ਦਾ ਨੇ ਕਾਫੀ ਟਾਈਮ ਤੋਂ ਕਹਿ ਰਹੇ ਸੀ ਉਹਨਾਂ ਨਾਲ ਪਤਾ ਲੈ ਲਿਆ ਉਸ ਤੋਂ ਬਾਅਦ ਮੈਂ ਕਿਹਾ ਹੁਣ ਜਿਹੜਾ ਆਪਾਂ ਡਿਨਰ ਕਰੀਏ ਇਕਦਮ ਲੱਗਿਆ ਫਿਰ ਤੁਹਾਨੂੰ ਕਜ਼ਨ ਮਿਲ ਕੇ ਅੱਛਾ ਲੱਗਿਆ ਅੱਛਾ ਲੱਗਿਆ ਉਹਦਾ ਦੁੱਖ ਸੁਣ ਕੇ ਉਹਦੀ ਕਹਾਣੀ ਸੁਣ ਕੇ
ਇੱਕ ਘੰਟੇ ਤੱਕ ਆ ਕੇ ਗਏ ਸੀ ਠੀਕ ਹੈ ਅਤੇ ਜਿਹੜਾ ਅਸੀਂ ਚਾਰ ਘੰਟੇ ਟਾਈਮ ਲਗਾ ਕੇ ਆਏ ਤਾਂ ਮੈਨੂੰ ਤਾਂ ਸਮਝ ਨਹੀਂ ਮੈਂ ਬਹਿ ਬਹਿ ਕੇ ਥੱਕ ਗਿਆ ਬੁੜੀਆਂ ਦੇ ਜਦੋਂ ਬੁੜੀਆਂ ਦੇ ਜਦੋਂ ਗੱਲਾਂ ਸ਼ੁਰੂ ਹੁੰਦੀਆਂ ਨਾ ਬੁੜੀਆਂ ਗੱਲਾਂ ਖਤਮ ਕੋਈ ਨਹੀਂ ਹੁੰਦੀਆਂ ਮੈਂ ਬਹਿ ਬਹਿ ਕੇ ਥੱਕ ਗਿਆ ਉੱਥੇ ਅਤੇ ਫਿਰ ਮੈਂ ਕਿਹਾ ਚਲੋ ਹੁਣ ਆਪਾਂ ਡਿਸਟਰਬ ਤਾਂ ਕਰ ਨਹੀਂ ਸਕਦੇ ਬਾਬਾ ਕੁਛ ਕੋਈ ਦੋ ਤਿੰਨ ਮੰਥ ਤੋਂ ਬਾਅਦ ਤਕਰੀਬਨ ਜਾ ਕੇ ਮੈਂ ਲੈ ਕੇ ਗਿਆ ਸੀ ਕਿ ਉਹ ਕਜ਼ਨ ਇੰਨੀ ਪਿਆਰੀ ਹੈ ਕਿ ਉਹਨੇ ਸਾਨੂੰ ਇੱਕ ਮਾਂ ਦੀ ਤਰ੍ਹਾਂ ਛੋਟੇ ਹੁੰਦਿਆਂ ਨੂੰ ਸੰਭਾਲਿਆ ਅੱਛਾ ਮਾਂ ਦੀ ਤਰ੍ਹਾਂ ਸਾਨੂੰ ਬੱਚਿਆਂ ਨੂੰ ਉਹ ਬੜੀ ਸੀ ਅਸੀਂ ਛੋਟੇ ਸੀ ਭਾਣਾ ਭਾਈ ਕਿ ਉਹ ਸਾਡੇ ਸਾਨੂੰ ਸੰਭਾਲਦੀ ਹੁੰਦੀ ਸੀ ਇੱਕ ਮਾਂ ਦੀ ਤਰ੍ਹਾਂ ਉਹਨੇ ਸਾਡੇ ਬਚਪਨ ਜਿਹੜਾ ਨਾ ਉਹਨੂੰ ਇਸ ਤਰ੍ਹਾਂ ਕੋਈ ਇੱਜ਼ਤ ਦੇਣੀ ਆ ਜਿਸ ਤਰ੍ਹਾਂ ਇੱਕ ਮਾਂ ਨੂੰ ਇੱਜ਼ਤ ਦੇਈਦੀ ਇਸ ਤਰ੍ਹਾਂ ਸਾਡੀ ਮਾਂ ਜਿਹੜਾ ਉਹ ਕਾਫੀ ਵੱਡੀ ਏਜ ਦੀ ਕਜ਼ਨ ਸੀ ਵਾਲਦਾ ਤੇ ਠੀਕ ਹੈ ਤੇ ਚਲੋ ਹੁਣ ਮਿਲਾ ਤਾ ਹੁਣ ਤੁਹਾਡਾ ਗਿਲਾ ਸ਼ਿਕਵਾ ਖਤਮ ਹੋ ਗਿਆ ਹੁਣ ਖੁਸ਼ ਜੀ ਹੈਪੀ ਜੀ ਸਟਾਰਟਰ ਚ ਨਾ ਰਾਇਤਾ ਦੇ ਦਿੱਤਾ ਕੱਲਾ ਮਾਂ ਜੀ ਨੇ ਦੋ ਖੋਲੀਆਂ ਜੀ ਠੀਕ ਹੈ ਕੱਲਾ ਰਾਇਤਾ ਵੇਖ ਲਈ ਉਹ ਤਾਂ ਖੁਸ਼ ਹੋ ਜਾਓ ਸਟਾਰਟਰ ਚ ਸਿਰਫ ਰਾਇਤਾ ਰਾਇਤਾ ਤੋਂ ਇਲਾਵਾ ਸਟਾਰਟਰ ਚ ਹੋਰ ਕੁਛ ਨਹੀਂ ਹੈ ਲੇਟਰ ਸ਼ਫੀਕ ਅਹਿਮਦ ਰੋਟੀ ਖੋਲ ਦੇ ਪੋਖਰਾ ਹੁਣ ਬੱਸ ਹੋਈ ਪਈ ਹੈ ਤੁਹਾਡੀ ਵੀ ਬੱਸ ਕਿ ਨਹੀਂ ਇਸ ਟਾਈਮ ਬਾਬਾ ਜੀ ਪੋਖਰਾ ਬੱਸ ਹੋਈ ਪਈ ਅਤੇ ਵੇਟ ਹੁਣ ਨਹੀਂ ਹੋ ਰਿਹਾ 25 ਮਿੰਟ ਦਾ ਟਾਈਮ ਦਿੱਤਾ ਸੀ ਅਤੇ 20 ਮਿੰਟ ਗੁਜ਼ਰ ਗਏ ਅਤੇ ਹੁਣ ਬੱਸ ਹੋਈ ਪਈ ਤੁਸੀਂ ਖਾਧਾ ਮੈਂ ਨਹੀਂ ਖਾਧਾ ਮੈਂ ਉਸ ਟਾਈਮ ਵੀ ਨਹੀਂ ਖਾਧਾ ਹੁਣ ਸ਼ਫੀਕ ਅਹਿਮਦ ਨੂੰ ਕਹੋ ਕਿ ਰੋਟੀ ਛੇਤੀ ਖੋਲ ਦਿਉ ਮਿਹਰਬਾਨੀ ਸ਼ਫੀਕ ਅਹਿਮਦ ਦੀ 2000 ਯੀਅਰਸ ਲੇਟਰ ਖਾਣਾ ਤਾਂ ਕੋਈ ਨਹੀਂ ਆਇਆ ਤਾਂ ਹੁਣ ਆਪਣਾ ਨਾਲ ਰਵਾਇਤੇ ਨਾਲ ਹੀ ਕੰਮ ਸਾਰਨਾ ਪੈਣਾ ਮੈਨੂੰ ਪਹਿਲੇ ਭੁੱਖ ਬਿਲਕੁਲ ਨਹੀਂ ਸੀ ਲੱਗੀ ਲੇਕਿਨ ਮੈਨੂੰ ਚਾਹਤਾ ਹੁਣ ਭੁੱਖ ਲੱਗ ਗਈ ਭੁੱਖ ਮਰ ਜਾਣੀ ਹੈ ਬੜੀ ਮਜ਼ੇ ਦੀ ਲੱਗਦੀ ਟਰਾਈ ਕਰੋ ਤੁਸੀਂ ਗਾਈਸ ਇਹ ਬੜੀ ਜਲਦੀ ਜਲਦੀ ਖਾਣਾ ਮੇਰਾ ਹੀ ਸਰ ਖਾ ਜਾਂਦਾ ਤੁਹਾਡਾ ਹੀ ਸਰ ਖਾ ਜਾਂਦਾ ਲੋ ਖਾਣਾ ਆ ਗਿਆ ਬਹੁਤ ਸ਼ੁਕਰੀਆ ਮੈਂ ਭੁੱਖ ਨਾਲ ਹੁਣ ਬਸ ਹੋਈ ਕਿਸੇ ਮੈਂ ਰਾਇਤਾ ਸ਼ੁਰੂ ਕਰ ਲਿਆ ਮਾਂ ਜੀ ਹੁਣ ਦੋ ਹੱਥਾਂ ਨਾਲ ਸ਼ੁਰੂ ਹੋਣਾ ਤੁਸੀਂ ਦੋ ਹੱਥਾਂ ਨਾਲ ਸ਼ੁਰੂ ਹੋਣਾ ਮੈਂ ਖਾਣ ਲੱਗੀ ਤੁਸੀਂ ਖਾ ਤੁਹਾਡਾ ਹੀ ਆਇਆ ਮੇਰਾ ਤਾਂ ਨਹੀਂ ਆਇਆ ਕਿਉਂ ਸਿਰਫ ਤੁਹਾਡੇ ਵਾਸਤੇ ਆ ਮੇਰੇ ਵਾਸਤੇ ਨਹੀਂ ਆਇਆ ਨਹੀਂ ਇੰਨਾ ਖਾ ਕੇ ਮੈਂ ਮਰਨਾ ਇੰਨਾ ਖਾ ਕੇ ਕੋਲ ਮਰਮਾ ਤਾਂ ਮਰ ਜਾਂਦਾ ਦੋਨਾਂ ਹੱਥਾਂ ਨਾਲ ਸ਼ੁਰੂ ਹੋਵਾ ਇਸਮੇ ਲੱਗ ਰਿਹਾ ਖਾਣਾ ਵਾਕਈ ਬਹੁਤ ਜ਼ਿਆਦਾ ਟੇਸਟੀ ਮਾਸ਼ਾਅੱਲਾ ਇਨਕਾ ਵਾਕਈ ਇਨਕਾ ਨਾ ਬਹੁਤ ਮਜ਼ੇ ਦਾ ਇਨਕਾ ਮਲਾਈ ਬੋਟੀ ਔਰ ਰੇਸ਼ਮੀ ਕਬਾਬ ਇਨਕੇ ਬਹੁਤ ਮਜ਼ੇ ਦਾ ਮੈਂ ਮੋਸਟਲੀ ਇਨਕੇ ਔਡਰ ਕਰਦਾ ਅਸਲਾਮ ਵਾਲੇਕੁਮ ਲਓ ਜੀ ਲੰਗਰ ਸ਼ੰਗਰ ਖਾ ਲਿਆ ਅਤੇ ਮਾਂ ਜੀ ਅੱਜ ਚਾਹ ਪਕਾ ਦਿਓ ਹੁਣ ਸਵਾਦੀ ਸਵਾਦੀ ਟਾਈਮ ਨਾਲ ਕਿਉਂਕਿ ਮਾਂ ਜੀ ਨੇ ਬਾਹਰੋਂ ਚਾਹ ਨਹੀਂ ਪੀਤੀ ਮਾਂ ਜੀ ਕਿਹਾ ਨਾ ਚਾਹ ਮੈਂ ਜਾ ਕੇ ਪੀਣੀ ਘਰ ਦੀ ਠੀਕ ਹੈ ਤੁਹਾਨੂੰ ਘਰ ਦੀ ਚਾਹ ਪੀਣੀ ਮਿੰਟ ਮਾਰੋ ਚਾਹ ਪਹਿਲਾਂ ਮੈਨੂੰ ਚਾਹ ਦੀ ਬਹੁਤ ਸ਼ਿੱਦਤ ਨਾਲ ਤਲਬ ਹੋ ਰਹੀ ਹੈ ਮੈਨੂੰ ਛੇਤੀ ਦਿਨਾਂ ਇੱਕ ਪਿਆਲਾ ਚਾਹ ਦਾ ਪਕਾ ਦਿਓ ਪਿਆਲੀ ਨਹੀਂ ਕੱਪ ਨਹੀਂ ਪਿਆਲਾ ਪੂਰਾ ਬਸ ਇਹ ਹਸ਼ਰ ਹੁੰਦਾ ਹੈ ਦਿਲ ਦਾ ਇਹ ਹਸ਼ਰ ਹੁੰਦਾ ਹੈ ਦਿਲ ਦਾ ਠੀਕ ਹੋ ਵੇਖੋ ਮੇਰੀ ਮੁਹੱਬਤਾਂ ਕਿਵੇਂ ਮਰਝਾ ਗਈਆਂ ਨੇ ਬਸ ਕਿੰਨਾ ਸਿਰਫ 3 ਤੋਂ 4 ਘੰਟੇ ਗੁਜ਼ਰੇ ਨੇ ਅਤੇ 4 ਘੰਟੇ ਮੇਰੀ ਮੁਹੱਬਤ ਦਾ ਵੇਖੋ ਕੀ ਹਾਲ ਹੋ ਗਿਆ ਇਹ ਤਾਂ ਬਹੁਤ ਜ਼ਿਆਦਾ ਜ਼ਿਆਦਾ ਕੀਤੀ ਤੁਸੀਂ ਠੀਕ ਹੈ ਇਹ ਗੱਲਾਂ ਚੰਗੀਆਂ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਹੈ ਹਸਾ ਮੈਂ ਗੱਲਾਂ ਚੰਗੀਆਂ ਨਹੀਂ ਹੈ ਹਾਂ ਵੀ ਹੁਣ ਮਾਵਾਂ ਨਾਲ ਇੰਨਾ ਕੁ ਪਿਆਰ ਇਹ ਗੱਲਾਂ ਚੰਗੀਆਂ ਨਹੀਂ ਹੁਣ ਮੇਰੀ ਮੁਹੱਬਤ ਦਾ ਤੁਸੀਂ ਕੀ ਹਾਲ ਕੀਤਾ ਸਿਰਫ ਮਤਲਬ ਮੈਨੂੰ ਵੇਖ ਕੇ ਨਮੋਸ਼ੀ ਹੋ ਰਹੀ ਨਮੋਸ਼ੀ ਖਮੋਸ਼ੀ ਵੀ ਨਹੀਂ ਨਮੋਸ਼ੀ ਹੋ ਰਹੀ ਹੈ ਅਤੇ ਮਿੰਟ ਮਾਰੋ ਮੈਨੂੰ ਹੁਣ ਪਕਾ ਦਿਓ ਚਾਹ ਉਸ ਤੋਂ ਪਹਿਲਾਂ ਮੈਂ ਮੂੰਹਾਂ ਤੋਲਾ ਕਿਉਂਕਿ ਮੈਂ ਹੁਣ ਅਚਾਨਕ ਫਰੈਸ਼ ਨਹੀਂ ਇਸ ਤਰ੍ਹਾਂ ਖਾ ਓਏ ਹੋਏ ਹੋਏ ਮੈਂ ਚਾਹ ਪਕਾਵਾਂ ਮੈਂ ਕਿਹਾ ਇੱਥੋਂ ਚਾਹ ਪੀ ਲਈਏ ਆਪਾਂ ਚਾਹ ਪੀ ਕੇ ਜਾਂਦੇ ਤੁਹਾਨੂੰ ਮਜ਼ਾ ਆਏਗਾ ਇਹਨਾਂ ਦੀ ਚਾਹ ਬਹੁਤ ਮਜ਼ੇ ਦੀ ਠੀਕ ਹੈ ਉਹਨਾਂ ਦੀ ਚਾਹ ਦਾ ਕੀ ਸਵਾਦ ਉਹਨਾਂ ਦੀ ਚਾਹ ਦਾ ਕੋਈ ਸਵਾਦ ਨਹੀਂ ਉਹਨਾਂ ਦੀ ਚਾਹ ਦਾ ਕੋਈ ਮਜ਼ਾ ਨਹੀਂ ਠੀਕ ਹੈ ਉੱਥੋਂ ਕੋਈ ਮਜ਼ਾ ਨਹੀਂ ਤੇ ਹੁਣ ਆਉਂਦੇ ਤੂੰ ਪਕਾ ਆਪਣੇ ਕੋਲ ਨਹੀਂ ਪਕੜੀ ਪਕੜੀ ਪਾਈ ਆ ਚਾਹ ਅੱਜ ਤੁਸੀਂ ਪਕਾਣੀ ਕਿੱਥੋਂ ਸ਼ਾਵਾ ਜੀ ਆਪ ਉਧਰੋਂ ਜੋ ਪੀ ਲਈ ਆਪਦੀ ਆਪ ਤੇ ਭੈਣ ਵੱਲੋਂ ਪੀ ਲਈ ਆਪਦੀ ਵਾਹ ਜੀ ਵਾਹ ਕਿਆ ਬਾਤ ਹੈ ਮੈਂ ਬੋਤਲ ਪੀਣਾ ਮੈਂ ਤਾਂ ਪੀਤੀ ਉਹਨਾਂ ਦਾ ਮੂੰਹ ਰੱਖਣ ਨੂੰ ਮੈਂ ਕਿਹਾ ਕਿ ਉਹ ਬਾਜੀ ਨੇ ਕਹਿਣਾ ਕਿ ਮੈਂ ਬੋਤਲ ਲੈ ਕੇ ਆਈ ਤੇ ਇਹਨੇ ਪੀਤੀ ਨਹੀਂ ਠੀਕ ਹੈ ਨਹੀਂ ਤੇ ਮੈਂ ਤਾਂ ਬੋਤਲ ਮੈਂ ਵੀ ਨਹੀਂ ਸੀ ਪੀਣੀ ਸ਼ਾਵਾ ਜੋ ਗਲਾਸ 'ਚ ਪਾ ਕੇ ਦਿੱਤੀ ਉਹਨਾਂ ਨੇ ਮੈਂ ਕਿਹਾ ਫਿਰ ਪਹਿਲੀ ਵਾਰੀ ਵਾਹ ਦੇਰ ਬਾਅਦ ਮੈਂ ਗਿਆ ਉਹਨਾਂ ਦੇ ਘਰ ਤੋਂ ਉਹਨਾਂ ਨੇ ਕਹਿਣਾ ਲੈ ਬੋਤਲ ਪੀਤੇ ਨਖਰੇ ਕਰਦਾ
ਕੋਈ ਨੀ ਉੱਠੋ ਉੱਠੋ ਕੋਈ ਨੀ ਨਾ 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 ਇੰਨੀਆਂ ਮੁਹੱਬਤਾਂ ਮੈਂ ਨੀ ਰੱਖੀਆਂ ਠੀਕ ਹੈ ਹਰ ਟਾਈਮ ਮੁਹੱਬਤ ਚੰਗੀ ਗੱਲ ਨੀ ਹੁੰਦੀ ਭਾਵੇਂ ਨਾ ਉੱਠ ਤਾਂ ਹਾਂ ਇਹ ਜਿਹੜਾ ਹੱਥ 'ਚ ਇਹ ਨਾ ਫੜੋ ਤੁਸੀਂ ਖੜਕਣੀ 'ਚ ਫੜ ਲਈ ਹੱਥ ਵਿੱਚ ਠੀਕ ਹੈ ਅਤੇ ਜਿਹੜਾ ਨਾ ਇਨਸਾਨ ਬਣੋ ਇਨਸਾਨ ਬਣੋ ਹੱਥ ਵਿੱਚ ਖੁਰਕਣੀ ਫੜ ਲਈ ਮੈਨੂੰ ਨੀ ਪਤਾ ਜੋ ਮਰਜ਼ੀ ਦੇ ਦੇ ਮੈਨੂੰ ਨੀ ਪਤਾ ਜੋ ਮਰਜ਼ੀ ਹੈ ਲੇਕਿਨ ਮਿੰਟ ਮਾਰੋ ਉੱਠੋ ਅਤੇ ਉੱਠ ਕੇ ਉੱਠ ਕੇ ਲਾਡ ਲੂਡ ਨਹੀਂ ਭੈਣ ਕੀ 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 ਨਾ 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 ਇਹ ਇੰਨੀਆਂ ਮੁਹੱਬਤਾਂ ਮੈਨੂੰ ਨੀ ਚਾਹੀਦੀਆਂ ਨਾ ਮੈਨੂੰ ਮੇਰੀ ਇੰਨੀਆਂ ਮੁਹੱਬਤਾਂ ਰਚਾਇਆ ਨਾਜ਼ੁਕ ਰਿਸ਼ਤਾ ਮੈਂ ਕਿਤੇ ਵੀ ਨਹੀਂ ਵੇਖਿਆ ਇਹਨਾਂ ਦੇ ਕਿਸੇ ਤੁਰੇ ਚਾਹੇ ਰਾਹ ਦੇ ਵਿੱਚ ਕਹਿ ਦਿਓ ਠੀਕ ਹੈ ਤੇ ਉਹ ਵੀ ਕਰ ਦਿੰਦਾ ਵੇਖ ਅੱਗੋਂ ਲੁੱਡੀਆਂ ਪੈਣੀਆਂ ਮੇਰਾ ਪ੍ਰੈਸ਼ਰ ਕੁੱਕਰ ਦਾ ਢੱਕਣ ਖੋਲ ਕੇ ਮੇਰੀ ਸੀਟੀ ਵੱਜ ਗਈ ਪ੍ਰੈਸ਼ਰ ਕੁੱਕਰ ਵਾਲੀ ਆਹ ਤੁਸੀਂ ਉੱਠੋ ਉੱਠੋ ਘਰ ਪਹਿਲਾਂ ਕੰਡੇ ਕੁੰਡੇ ਚੁੱਕ ਕੇ ਇੱਥੋਂ ਤੇ ਭਾਂਡੇ ਧੋ ਕੇ ਦੇ ਤੇ ਫਿਰ ਮੈਂ ਚਾਹ ਪਕਾ ਕੇ ਦੇਤੀ ਆ ਇੱਥੇ ਮੈਂ ਤੁਹਾਨੂੰ ਦੇਣਾ ਮੈਨੂੰ ਚਾਹ ਦਾ ਦੇਣਾ ਦੇਣਾ ਕੁੱਟ ਕੇ ਨਹੀਂ ਪਕਾ ਗਿਆ ਵੇਖ ਲਾ ਹੁਣ ਮੈਂ ਕਹਿੰਦਾ ਆਪਾਂ ਵਿਆਹ ਨੀ ਕਰਨਾ ਵਿਆਹ ਦਾ ਇੰਨਾ ਖਰਚਾ ਹੁੰਦਾ ਵਿਆਹ ਦਾ ਖਰਚਾ ਕਰਕੇ ਕਾਹਦਾ ਕਰ ਵਿਆਹ ਦੇ ਖਰਚੇ ਦੀ ਖੈਰ ਹੈ ਮੇਰੀ ਗੱਲ ਸੁਣ ਤੁਹਾਨੂੰ ਵਿਆਹ ਦਾ ਕਾਹਦਾ ਚਾਹ ਚੜਿਆ ਵੀ ਤੁਹਾਨੂੰ ਚਾਹ ਕਾਹਦਾ ਚੜਿਆ ਚਲੋ ਤੁਸੀਂ ਲੱਭੋ ਪਰ ਰਿਸ਼ਤੇ ਨੇ ਤੁਹਾਡੇ ਕੋਲ ਇੱਕ ਹਫ਼ਤੇ 'ਚ ਰਿਸ਼ਤਾ ਲੱਭ ਗਿਆ ਤਾਂ ਠੀਕ ਹੈ ਫਿਰ ਇਹ ਹੁਣ ਸਾਰੀ ਆਡੀਅੰਸ ਗਵਾ ਇੱਕ ਹਫ਼ਤੇ 'ਚ ਨਹੀਂ ਨਹੀਂ ਹਫ਼ਤੇ 'ਚ ਲੱਭੋ ਫਿਰ ਜਿੱਥੋਂ ਲੱਭਣਾ ਮਿੰਟ ਮਾਰੋ ਕੋਈ ਕਾਣੀ ਲੰਗੜੀ ਨਹੀਂ ਕੋਈ ਡਾਕਟਰ ਨਹੀਂ ਸਵੇਰੇ ਫੜੋ ਮੰਗਲ ਸੂਤਰ ਤੇ ਪਾ ਦਿਓ ਚਮ ਦਾ ਖੁਸਾ ਇਹ ਖੁਸਾ ਮਾੜਾ ਚਮ ਦੇ ਨਾਲ ਯਾਰ ਤੁਸੀਂ ਦੱਸਣਾ ਇਹ ਖੁਸਾ ਮਾੜਾ ਚਮ ਦਾ ਖੁਸਾ ਬਣਵਾ ਦੇ ਯਾਰ ਤੁਰਾ ਫੇਰਾ ਦੇ ਟੁੱਟੇ ਨਾ ਠੀਕ ਹੈ ਸਵੇਰੇ ਖੁੱਸਾ ਤੁਹਾਨੂੰ ਮੇਰੇ ਵੱਲੋਂ ਤੋਹਫਾ ਉਹ ਦੱਸੋ ਤੋ ਖੁੱਸੇ ਦੇ ਨਾਲ ਤੁਹਾਨੂੰ ਇੱਕ ਹੋਰ ਸ਼ਾਇਦ ਤੋਹਫਾ ਦਿਆਂਗਾ ਤੁਹਾਡੀ ਬਰਥਡੇ ਦਾ ਜਿਹੜਾ ਗਿਫਟ ਸੀ ਨਾ ਉਹ ਮੇਰੇ ਵੱਲ ਸੀ ਪੈਂਡਿੰਗ ਕਿਉਂਕਿ ਉਹ ਦਿਨ ਮੈਨੂੰ ਭੁੱਲ ਗਿਆ ਸੀ ਚੇਤਾ ਦਿਨੇ ਰਾਤ ਨੂੰ ਕੋਈ ਲੱਭਿਆ ਨਹੀਂ ਮੈਨੂੰ ਤੁਹਾਨੂੰ ਇੱਕ ਬਰਥਡੇ ਦਾ ਗਿਫਟ ਨਾਲ ਤੁਹਾਨੂੰ ਖੁੱਸਾ ਮੈਂ ਇੱਥੇ ਲੇਟਣ ਲੱਗ ਪੈਣਾ ਮੈਂ ਰੋਣ ਲੱਗ ਜਾਣਾ ਤੁਹਾਨੂੰ ਦੱਸਿਆ ਮੈਂ ਚੱਲਾ ਜੀ ਆ ਵੇਖਿਓ ਜੀ ਇਹ ਨਾ ਦਿਓ ਤੁਸੀਂ ਆ ਪਿਆ ਜੇ ਮੈਂ ਆਏ
ਉਹ ਤੇਰੀ ਖੈਰ ਸੀ। ਓਏ ਹੋਏ 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 ਅੱਡੀਆਂ ਮੈਂ ਆਪਦੀਆਂ ਚੱਕ ਕੇ ਮਾਰੀਆਂ ਨੇ ਬਾਈ ਦੇ ਸੇਰੂ ਦੇ ਉੱਤੇ। ਓਏ ਹੋਏ 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 ਟਕਾ ਕੱਢੀ ਆਹ ਚਾਹ ਤੋਂ ਬਗੈਰ ਮੈਨੂੰ ਨੀਂਦ ਨਹੀਂ ਆਉਣੀ ਜੇ ਨਾ ਪਿਓਗੇ ਤੇ। ਇਹ ਇਹ ਰੂਲ ਗਲਤ, ਲੋਕੀ ਕਹਿੰਦੇ ਅਸੀਂ ਚਾਹ ਪੀ ਲਈਏ ਸਾਨੂੰ ਨੀਂਦ ਨਹੀਂ ਆਉਂਦੀ। ਮੈਂ ਕਹਿੰਦਾ ਮੈਂ ਚਾਹ ਨਾ ਪੀਵਾਂ ਤੇ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਚਾਹ ਪੀਂਦਾ ਤੇ ਮੈਨੂੰ ਨੀਂਦ ਆਉਂਦੀ, ਉਸ ਤੋਂ ਇਲਾਵਾ ਮੈਨੂੰ ਨੀਂਦ ਨਹੀਂ ਆਉਂਦੀ। ਮਿੱਟੀ ਤੇ ਤੁਸੀਂ ਸਵੇਰ ਦੀ ਸਫਾਈ ਨਹੀਂ ਕੀਤੀ, ਠੀਕ ਹੈ। ਹਾਂ ਤੇ ਹਨੇਰੀ ਤੇ ਵਗਦੀ ਫਿਰ ਮਿੱਟੀ ਤੇ ਆਉਣੀ ਸੀ। ਚਲੋ ਪਹਿਲਾਂ ਮੈਨੂੰ ਚਾਹ ਦਿਓ, ਉਸ ਤੋਂ ਬਾਅਦ ਅੱਗੇ ਵਲੌਗ ਕੰਟੀਨਿਊ ਕਰਾਂ ਤੇ ਮੈਂ ਵਲੌਗ ਨਹੀਂ ਅੱਗੇ ਕੰਟੀਨਿਊ ਕਰਨਾ। ਮੈਂ ਤੁਹਾਨੂੰ ਦੱਸੀ ਜਾ ਰਿਹਾ, ਚਲ ਬਣਾ ਦੋ ਵੀ ਝੱਟ ਤੋਂ। ਚਲ ਠੀਕ ਹੈ, ਫਿਰ ਵਲੌਗ ਉਦੋਂ ਕੰਟੀਨਿਊ ਹੋਏਗਾ। ਓਕੇ ਬਾਏ। ਲਓ ਜੀ ਫਾਈਨਲੀ ਮਾਂ ਜੀ ਨੇ ਨਾ ਚਾਹ ਪਕਾ ਹੀ ਲਈ, ਠੀਕ ਹੈ। ਵਾਹਵਾ ਰੌਲਾ ਪਾਇਆ ਸੀ ਮਾਂ ਜੀ ਨੇ, ਚਾਹ ਨਹੀਂ ਪਕਾਣੀ ਨਹੀਂ ਪਕਾਣੀ। ਮੈਂ ਕਿਹਾ ਅੱਜ ਚਾਹ ਤੁਸੀਂ ਪਕਾਣੀ ਆ, ਜਿੱਥੇ ਜੰਗ ਹੋ ਜਾਏਗੀ, ਇੰਡੀਆ ਪਾਕਿਸਤਾਨ ਵਾਲਾ ਕੰਮ ਹੋ ਜਾਏਗਾ ਕਿ ਬਾਰਡਰ ਤੋਂ ਲੈਣਾ ਵਗ ਜਾਣਗੇ ਇੱਧਰ ਦੀਆਂ ਇੱਧਰ। ਲੇਕਿਨ ਚਾਹ ਅੱਜ ਮੇਰੇ ਕੋਲੋਂ ਨਹੀਂ ਪੱਕੇਗੀ ਕਿਉਂਕਿ ਅੱਜ ਆਪਣਾ ਕੋਈ ਮੂਡ ਨਹੀਂ ਹੈ ਚਾਹ ਪਕਾਉਣ ਦਾ ਬਿਲਕੁਲ ਵੀ। ਅੱਜ ਚਾਹ ਪੀਣੀ ਆਪਾਂ ਤੁਹਾਡੇ ਹੱਥ ਦੀ, ਕਿਉਂਕਿ ਮੈਂ ਹੋਟਲ ਦੇ ਵਿੱਚ ਮਾਂ ਜੀ ਨੂੰ ਕਿਹਾ ਸੀ, ਮੈਂ ਕਿਹਾ ਚਾਹ ਜਿਹੜਾ ਹੈ ਨਾ ਕੀ ਕਰ ਲੈਣਾ, ਔਡਰ ਕਰ ਲੈਂਦੇ ਹਾਂ। ਮਾਂ ਜੀ ਨੇ ਕਿਹਾ ਨਾ ਮੈਨੂੰ ਚਾਹ ਇਹਨਾਂ ਦੀ ਪਸੰਦ ਨਹੀਂ ਹੈ, ਠੀਕ ਹੈ, ਅਤੇ ਚਾਹ ਜਿਹੜੀ ਪੀਣੀ ਆਪਾਂ ਘਰੇ ਜਾ ਕੇ। ਇਹ ਵੇਖੋ ਅੱਜ ਤਾਂ ਵੇਖ ਲੈ ਪਲੇਟ 'ਚ ਰੱਖ ਕੇ ਚਾਹ ਮੇਰੀ ਆਈ, ਤੇ ਮੈਂ ਕਹਿੰਦਾ ਮੈਨੂੰ ਅਫਸਰਾਂ ਵਾਲੀ ਫੀਲਿੰਗ ਆ ਰਹੀ, ਵੇਖਿਆ ਕਿਤੇ ਮੇਰੀ ਛਾਤੀ ਤੋਂ ਬਟਨ ਹੀ ਨਾ ਖੋਲ ਜਾਣ, ਛਾਤ 'ਚ ਵਾਹ ਜੀ ਵਾਹ, ਕਿਆ ਬਾਤ ਕਿਆ ਬਾਤ। ਲਓ ਜੀ ਮੁਬਾਰਕਾਂ ਹੁਣ ਤੁਹਾਡੇ ਭਰਾ ਨੂੰ ਮਿਲ ਗਈ ਚਾਹ। ਨਾ ਭਾਈ ਪੈਪਸੀ ਨਹੀਂ, ਸਪਰਾਈਟ ਹੈ ਬੋਤਲ ਦੇ ਉੱਤੇ, ਵੇਖੋ ਕੀ ਲਿਖਿਆ। ਅੱਛਾ ਇਹ ਤੁਹਾਡੇ ਕੋਲ ਮਤਲਬ ਪੈਕਿੰਗ ਗਲਤ ਹੋ ਗਈ ਹੈ। ਵਾਹ ਜੀ ਵਾਹ, ਇਹ ਸਾਡੇ ਘਰੇ ਪੈਪਸੀਆਂ ਕਿਦੋਂ ਦੀਆਂ ਬਣਨ ਲੱਗ ਗਈਆਂ ਵੀ? ਇਹ ਸਪੈਸ਼ਲ ਸਪੈਸ਼ਲ ਕਹਿਤਾ ਸਪੈਸ਼ਲ ਇਹ ਸਪੈਸ਼ਲ ਪੈਪਸੀ ਹੈ, ਇਹ ਸਪੈਸ਼ਲ ਪੈਪਸੀ ਹੈ, ਇਹ ਸਪੈਸ਼ਲ ਜਿਹੜਾ ਪੀਵੇ ਲੂਜ਼ ਮੋਸ਼ਨ ਹੋ ਜਾਂਦਾ, ਲੂਜ਼ ਮੋਸ਼ਨ ਹੋ ਜਾਂਦਾ, ਲੂਜ਼ ਮੋਸ਼ਨ ਨਹੀਂ ਤੇ ਲੂਜ਼ ਮੋਸ਼ਨ ਹੋ ਜਾਂਦਾ। ਅੱਛਾ ਤੇ ਇਹ ਕੈਸ ਮਰਜ਼ ਦੀ ਦਵਾਈ, ਹਰ ਮਰਜ਼ ਦੀ ਦਵਾਈ, ਇਹ ਲੂਜ਼ ਮੋਸ਼ਨ ਦੀ ਦਵਾਈ। ਆਪਣਾ ਈਦ ਦਾ ਸੈਕਿੰਡ ਡੇ ਗੁਜ਼ਰ ਗਿਆ, ਅਲਹਮਦੁਲਿਲਾ ਬਹੁਤ ਅੱਛਾ ਗੁਜ਼ਰਿਆ, ਠੀਕ ਹੈ। ਅਤੇ ਤੁਹਾਨੂੰ ਸਾਰਿਆਂ ਨੂੰ ਇੱਕ ਦਫ਼ਾ ਫਿਰ ਮਿੰਨੀ ਫੈਮਿਲੀ ਵੱਲੋਂ ਬਹੁਤ ਬਹੁਤ ਜ਼ਿਆਦਾ ਈਦ ਮੁਬਾਰਕ। ਅਤੇ ਲਓ ਜੀ ਆਪਣਾ ਟਾਰਗੇਟ ਕੀ ਹੈ, ਆਪਣਾ ਟਾਰਗੇਟ ਹੈ ਜਲਦੀ ਜਲਦੀ ਆਪਾਂ ਇਸ ਅਪ੍ਰੈਲ ਦੇ ਮੰਥ ਦੇ ਅੰਦਰ ਆਪਾਂ 10K ਸਬਸਕ੍ਰਾਈਬਰ ਕਰਨੇ ਹੈ, 10K ਦੀ ਲਿਮਿਟ ਆਪਾਂ ਰੀਚ ਕਰਨਾ। ਅਗਰ ਵੀਡੀਓ ਅੱਛੀ ਲੱਗੀ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਨਾ, ਬੈਲ ਆਈਕਨ ਪ੍ਰੈਸ ਨਹੀਂ ਕੀਤਾ ਬੈਲ ਆਈਕਨ ਪ੍ਰੈਸ ਕਰਨਾ, ਤਾਂ ਕਿ ਤੁਹਾਨੂੰ ਹਰ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਤੁਸੀਂ ਵਲੌਗ ਨੂੰ ਪੂਰਾ ਦੇਖੋ, ਠੀਕ ਹੈ। ਤੇ ਸਾਰੇ ਵਲੌਗ ਨੂੰ ਪੂਰੇ ਦੇਖਣੇ, ਮਿੰਨੀ ਫੈਮਿਲੀ ਦੇ ਨਹੀਂ, ਬਹੁਤ ਜ਼ਿਆਦਾ ਮੁਹੱਬਤਾਂ, ਬਹੁਤ ਜ਼ਿਆਦਾ ਵੰਡਣਾ ਪਿਆਰ। ਇਨਸ਼ਾਅੱਲਾ ਮਿਲਾਂਗੇ ਆਪਾਂ ਸੁਬਹ ਨੂੰ ਇੱਕ ਨਵੇਂ ਵਲੌਗ ਦੇ ਵਿੱਚ, ਜਦ ਤੱਕ ਭਰਾਉਂਦੇ ਹੋ ਇਜਾਜ਼ਤ, ਸੁਬਹ ਤੱਕ ਅੱਲਾ ਹਾਫਿਜ਼, ਲਵ ਯੂ, ਬਾਏ ਬਾਏ, ਟਾਟਾ।